ਬਾਦਲ ਦੇ ਸੰਗਤ ਦਰਸ਼ਨ ਦੌਰਾਨ ਅਕਾਲੀ ਆਗੂ ਨੇ ਹੀ ਹਲਕੇ ਦੇ ਅਕਾਲੀ MLA ਮਨਜੀਤ ਸਿੰਘ ਮੰਨਾ ਉੱਪਰ ਨਸ਼ਾ ਵੇਚਣ ਅਤੇ ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ। ਅਕਾਲੀ ਆਗੂ ਅਮਰੀਕ ਸਿੰਘ ਨੇ ਇਹ ਵੀ ਕਿਹਾ ਕਿ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਡਿੰਪਾ ਨੇ ਉਸ ਉੱਪਰ ਝੂਠੇ ਪਰਚੇ ਕਰਦੇ ਹੋਏ ਕਾਂਗਰਸ ਵਿੱਚ ਸ਼ਾਮਲ ਕਰਨ ਦਾ ਪੂਰਾ ਜ਼ੋਰ ਲਗਾਇਆ ਸੀ, ਪਰ ਹੁਣ ਅਕਾਲੀ ਦਲ ਵੀ ਉਸ ਦੀ ਬਾਂਹ ਫੜਨ ਦੀ ਬਜਾਏ ਧੱਕਾ ਹੀ ਕਰ ਰਿਹਾ ਹੈ। ਅਕਾਲੀ ਆਗੂ ਵੱਲੋਂ ਇਸ ਦੀ ਲਿਖਤੀ ਸ਼ਿਕਾਇਤ ਬਾਦਲ ਸਾਹਿਬ ਨੂੰ ਦਿੱਤੀ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਮੈਂ ਇੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਪਹੁੰਚਣ ਤੇ ਵਡਾਲਾ ਖੁਰਦ ਵਿੱਚ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਔਰ ਮੈਂ ਨਾਲ ਹੀ ਇਹ ਬਾਦਲ ਸਾਹਿਬ ਨੂੰ ਆਪਣੀ ਜੋ ਮੇਰੀ ਬੀਤੀ ਦੋ ਦਸਤਾਨ ਮੈਂ ਪੇਸ਼ ਕਰ ਰਿਹਾ। ਮੇਰੇ ਨਾਲ ਜੋ 2013 ਦੇ ਇਲੈਕਸ਼ਨ ਵਿੱਚ ਸਰਪੰਚੀ ਨਾਲ ਵਿੱਚ ਜੋ ਧੱਕਾ ਹੋਇਆ ਹੈ, ਉਹ ਜੋ MLA ਸਾਹਿਬ ਨੇ ਕਰਾਇਆ, ਮੇਰੇ 6 ਮੈਂਬਰ ਜੇਤੂ ਹੋਏ ਆ, 7ਵਾਂ ਮੈਂਬਰ ਮੇਰਾ 2 ਵੋਟਾਂ 'ਤੇ ਹਰਿਆ, 1 ਬੂਥ ਦੇ ਵਿੱਚੋਂ ਮੈਂ 6 ਵੋਟਾਂ 'ਤੇ ਜੇਤੂ ਹੋਇਆ 7ਾਂ 'ਤੇ, ਦੂਜੇ ਬੂਥ ਦੇ ਵਿੱਚੋਂ ਮੇਰੇ ਡੱਬੇ ਚੁੱਕੇ ਗਏ ਜੋ ਕਿ MLA ਸਾਹਿਬ ਨੇ ਡਿਪਟੀ ਸਾਹਿਬ ਰਾਏ ਸਾਹਿਬ ਨੂੰ ਚਾਹ ਕੇ ਪਿਸਤੌਲ ਦੀ ਗੋਲੀ 'ਤੇ ਚੁਕਾਏ ਗਏ ਆ। ਡਿੰਪਾ ਸਾਹਿਬ ਨੇ ਸਾਨੂੰ ਬਹੁਤ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਮੈਂ ਕਾਂਗਰਸੀ ਕੀਤਾ ਜਾ, ਪਰ ਅਸੀਂ ਉਹਨਾਂ ਦੀ ਈਨ ਨਹੀਂ ਮੰਨੀ। ਸਾਡਾ ਇੰਨੇ ਧੱਕੇਸ਼ਾਹੀਆਂ ਹੋਣ ਦੇ ਜਵਾਬ ਨੇ ਕਾਂਗਰਸ ਅੱਜ ਅਕਾਲੀਆਂ ਦੇ ਵਿੱਚ ਸਾਡਾ ਫਿਰ ਆਹ ਮੁੱਲ ਪਿਆ। ਅਸੀਂ ਬਾਦਲ ਸਾਹਿਬ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਨੂੰ ਸਾਨੂੰ ਇਨਸਾਫ ਦਵਾਇਆ ਜਾਵੇ, ਸਾਡੀ ਗਿਣਤੀ ਕਰਵਾਈ ਜਾਵੇ। ਮੰਨਾ ਉਸ ਟਾਈਮ ਜਦੋਂ ਮੈਂ ਬਾਦਲ ਸਾਹਿਬ ਨੂੰ ਸਾਰਾ ਆਪਣਾ ਦੁੱਖ ਦੱਸਿਆ, ਮੰਨਾ ਉਸ ਟਾਈਮ ਚੁੱਪ ਧਾਰੀ ਰਿਹਾ, ਉਹਨੇ ਕੋਈ ਬੋਲਿਆ ਨਹੀਂ ਜਾਂ ਮੈਂ ਕਿਉਂ ਕੀਤਾ। ਉਹਦਾ ਧੰਦਾ ਜੀ MLA ਦਾ ਧੰਦਾ ਹੀ ਇਹੋ ਆ ਵੀ ਉਹ ਨਸ਼ਾ ਵਿਕਾਉਂਦਾ। ਕਾਂਗਰਸੀ 50 ਤੋਂ 55 ਪੰਚਾਇਤਾਂ ਕਾਂਗਰਸੀ ਬਣੀਆਂ ਵਾ ਹਲਕੇ ਦੇ ਬਿਆਸ ਬਾਬੇ ਬਕਾਲੇ ਦੇ ਵਿੱਚ, ਜੋ ਕਿ ਸਾਰੀਆਂ MLA ਨੇ ਪੈਸੇ ਲੈ ਕੇ ਬਣਵਾਈਆਂ ਹਨ। ਨਸ਼ਾ ਵੀ MLA ਸਾਹਿਬ ਆ ਵਿਕਾ ਰਿਹਾ, ਮਨਜੀਤ ਸਿੰਘ ਮੰਨਾ। ਫਿਲਹਾਲ ਬਾਦਲ ਸਾਹਿਬ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਸੋਨੂ ਸੋਢੀ ਦੇ ਨਾਲ ਸ਼ੁਭਮ ਸ਼ਰਮਾ, ਖਬਰ ਹਰਪਲ, ਇੰਡੀਆ।